ਆ ਜੀ ਸਾਡੇ ਦੇਸ਼ ਪੰਜਾਬ ਦਾ ਪੱਠੇ ਕਰਨ ਵਾਲਾ ਤੋਹਫਾ ਉੱਤੇ ਨਹੀਂ ਬੈਠਾ ਮੈਂ ਪੈਰਾਂ ਨਾਲ ਤੁਰਨ ਦਿਆ ਵਾਂ ਅਸਲਾਮ ਅਲੈਕੁਮ ਭਾਈ ਜਿਹੜੀ ਜਲੀ ਜਲੀ ਜਿਹਨਾਂ ਟਿੰਡ ਕੱਢ ਦਿਓ ਵਿਆਹ ਚ ਸਾਡੇ ਨਾਲ ਵੱਖਰਾ ਨਜ਼ਾਰਾ ਆਏ ਚਮਕਦਾ ਵਾਇਰਲ ਹੋਣਾ ਸ਼ਾਦੀ ਉਹਦੇ ਸਭ ਤੋਂ ਪਹਿਲਾਂ ਕੰਮ ਹੁੰਦਾ ਸ਼ਾਪਿੰਗ ਕੱਪੜੇ ਛੱਪੜੇ ਦੂਜਾ ਕੰਮ ਹੁੰਦਾ ਬਿਊਟੀ ਪਾਰਲਰ ਤੇ ਵਾਲ ਛਾਲ ਘਟਾਉਣ ਵਾਲਾ ਪਹਿਲਾ ਕੰਮ ਤੇ ਇਹ ਕੀਤਾ ਕੋਈ ਨੀ ਦੂਜਾ ਕੰਮ ਕਰਨ ਅਸੀਂ ਆ ਗਏ ਆ ਜੀ ਹੇਅਰ ਸਲੂਨ ਚ ਥੁਕਟਾਵਾਂਗੇ ਵਾਲ ਕਟਿੰਗ ਜੇ ਨਾ ਕਰਵਾ ਲਈ ਜੇ ਪੂਰੀ ਸ਼ਹਿਰੋ ਖਾਣ ਵਾਲੀ ਸਿੰਪਲ ਜਾਈ ਕੱਪੜੇ ਵੀ ਜੇ ਨਾ ਰੈਡੀ ਨੇ ਸਭ ਤੋਂ ਪਹਿਲਾਂ ਫਿਰ ਹੁਣ ਜਲਦੀ ਜਲਦੀ ਮੈਂ ਨਹਾਵਾਂ ਤੇ ਬੀਬਾ ਬੱਚਾ ਬਾਣ ਜਾਵਾਂ ਤੇ ਜ਼ੈਨ ਭਾਈ ਦੀ ਸ਼ਾਦੀ ਤੇ ਵੀ ਜਾਵਾਂ ਸਭ ਨੂੰ ਅਸਲਾਮ ਅਲੈਕੁਮ ਕੀ ਹਾਲ ਸੋਹਣੇ ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੋਗ ਕਦੇ ਨਹੀਂ ਪਾਇਆ ਹਮਜ਼ਾ ਸਿੱਧੂ ਮਿੰਬਰਾਂ ਦੇਖੋ ਵਾਲਾ ਕੜੀ ਫੇਰ ਆਇਆ ਤੇ ਕੜੀ ਫੇਰ ਆਇਆ ਤੇ ਅੱਜ ਜੇ ਨਾ ਸ਼ਾਦੀ ਤੇ ਜਾਣ ਵਾਸਤੇ ਆਇਆ ਤੇ ਵਿਆਹ ਜੇ ਨਾ ਜ਼ੈਨ ਭਾਈ ਦਾ ਤੁਹਾਨੂੰ ਪਤਾ ਉਹਦੇ ਜੇ ਨਾ ਵਲੀਮਾ ਸੀ ਅੱਜ ਤੇ ਉਹਨਾਂ ਸਾਨੂੰ ਇਨਵਾਈਟ ਕੀਤਾ ਸੀ ਬਾਬਾ ਜੀ ਤੋੜ ਛੋੜ ਪੂਰੀ ਕੱਢੀਏ ਚੈੱਕ ਕਰ ਲਓ ਤੁਸੀਂ ਤੇ ਉੱਥੇ ਵੀ ਜੇ ਨਾ ਤੋੜ ਕੱਢ ਦਿਆਂਗੇ ਪਤਾ ਚੱਲ ਜਾਏਗਾ ਮਿੰਬਰਾਂ ਦੇਖੋ ਵਾਲਾ ਆਇਆ ਤੇ ਚਲੋ ਫਿਰ ਚਲੀਏ ਤੁਹਾਨੂੰ ਵੀ ਇੰਜੋਏ ਕਰਾਈਏ ਆਹ ਵੀ ਇੰਜੋਏ ਕਰੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲੈਟਸ ਗੋ ਤੇ ਚੱਲ ਲਓ ਵਾਟਰ ਕੂਲਰ ਦੀਆਂ ਟੂਟੀਆਂ ਲਵਾ ਲੈ ਪ੍ਰੈਸ਼ਰ ਕੁੱਕਰ ਦੇ ਰਬੜ ਲਵਾ ਲੈ ਬੜਾ ਕਾਲਾ ਲੱਗਣ ਡਿਆ ਕਾਂ ਦੀ ਕਸਮੇ ਓਏ ਹੋਏ ਤੂੰ ਹੁਣ ਸਾਰ ਫੂਕਿਆ ਨਾ ਸਾਰ ਦੀ ਫੂਕਿਆ ਤੇ ਸਦਰ ਵੀ ਜਿਹਾ ਨਾ ਡਾੜੀ ਛਾੜੀ ਹੋ ਗਿਆ ਆ ਗਿਆ ਜੀ ਚਲੋ ਜੀ ਫਿਰ ਜੇ ਜਲਦੀ ਜਲਦੀ ਚਲੀਏ ਵੇਖਦੇ ਹੁਣ ਕਾਰ ਤੇ ਜਾਣੇ ਆ ਕਾਈ ਡੱਬੇ ਜਾਣੇ ਆ ਬਸ ਚ ਇਮਾਨਦਾਰੀ ਨਾਲ ਦੱਸ ਕੌਣ ਲੱਗਦਾ ਸੋਨਾ ਤੁਸੀਂ ਮੈਂ ਸੋਨਾ ਲੱਗਣ ਆ ਤੂੰ ਕਿੱਥੋਂ ਲੱਗਣ ਆ ਮੈਂ ਤੇ ਨਾ ਆ ਗਿਆ ਤੂੰ ਤੇ ਨਾ ਆ ਗਣੀ ਆ ਇਹ ਤੇ ਤੂੰ ਹੁਣ ਰੱਬ ਜਾਣਦਾ ਨਾ ਕੌਣ ਨਾ ਆ ਗਿਆ ਕੌਣ ਨਹੀਂ ਆਹੋ ਇਹ ਤੇ ਰੱਬ ਜਾਣਦਾ ਹੈਂ ਨਾ ਆ ਗਿਆ ਨਹੀਂ ਆ ਸੋਨਾ ਨਹੀਂ ਲੱਗਣ ਆ ਐਡਾ ਮੈਂ ਮੁਸ਼ਕਲ ਕੱਪੜੇ ਇਸਤਰੀ ਕਰਾ ਕੇ ਮੂੰਹ ਹੱਥ ਧੋ ਕੇ ਉਹ ਨਹਾ ਕੇ ਸੂਟ ਪਾ ਕੇ ਤੇ ਮੈਂ ਨਹਾ ਗਿਆ ਆ ਨਹਾ ਕੇ ਨਹੀਂ ਆਏ ਤੁਹਾਡੀ ਟੀੜੀ ਭਾਪ ਹੋਣੀ ਹੈ ਤੁਹਾਡੀ ਹੋਣੀ ਹੈ ਹੁਣ ਮੈਂ ਭਾਵੇਂ ਨਹੀਂ ਸੁੱਟਣੇ ਤੁਸੀਂ ਆਖਿਆ ਮੈਂ ਨਹਾ ਕੇ ਨਹੀਂ ਆਇਆ ਆਇਆ ਵੇਖਿਆ ਨਾ ਹੁਣ ਸੁੱਟਣ ਆਪੇ ਖਲੋਈਓ ਜੀ ਸਾਡੇ ਗਰੁੱਪ ਦੇ ਬੰਦੇ ਹੈ ਰੈਡੀ ਵੀ ਨਹੀਂ ਜੀ ਹੋਏ ਅਜੇ ਹੁਣ ਜਾਣ ਦੇ ਨਹਾਉਣ ਵਾਸਤੇ ਤੁਸੀਂ ਵੀ ਜਾਓਗੇ ਯਾਰ ਮੈਂ ਤਾਂ ਡਰਾਈਵਰ ਹਾਂ ਅੱਛਾ ਅੱਛਾ ਫੇਰ ਠੀਕ ਗੁੱਡ ਹੋ ਗਿਆ ਜੀ ਅਸਲਾਮ ਅਲੈਕੁਮ ਕੀ ਹਾਲ ਹੈ ਮੇਰੀ ਜਾਨ ਕੀ ਹਾਲ ਹੈ ਮੇਰੀ ਜਾਨ ਫਿੱਟ ਫਾੜ ਢੋਲ ਵੱਜੇਗਾ ਅੱਜ ਪੂਰਾ ਗੱਜਣਾ ਚਾਹੀਦਾ ਉੱਥੇ ਪਤਾ ਚੱਲਿਆ ਮੀਂਹ ਬੜਾ ਦਿਖੋ ਵਾਲਾ ਆਇਆ ਕੀ ਕਰਾਂ ਮੈਂ ਤੂੰ ਬਣੇ ਵਿਆਹ ਵੇਲੇ ਸਾਡੀ ਵਾਰੀ ਹੈ ਬੜਾ ਖੁਸ਼ ਹੋਣਾ ਵੀਡੀਓ ਕਾਲ ਕਰ ਕੇ ਸਾਡੇ ਲਲਕਾਰੇ ਮਾਰਨਾ ਹੈ ਹੁਣ ਕੀ ਹੋਇਆ ਹੁਣ ਬੋਲ ਅੱਛਾ ਜੀ ਤੂੰ ਨਾ ਨਹੀਂ ਤੈਨੂੰ ਵੀ ਲਾਈ ਜਾਣਾ ਸੀ ਸ਼ੁਕਰ ਬਈ ਨਹਾ ਲਿਆ ਤੁਸੀਂ ਨਾ ਆ ਹੀ ਗਏ ਅਸੀਂ ਤੇਰੀ ਅੰਮੀ ਕਹਿਣ ਸੀ ਪਿੰਡ ਵਾਲੇ ਵਾਲ ਨੀ ਕੱਟੇ ਨਹਾਉਂਦਾ ਨਹੀਂ ਆ ਦੂਜੇ ਪਿੰਡ ਲੈ ਗਏ ਨੇ ਆਹੋ ਚਲੋ ਜੀ ਭਾਈ ਅੱਧੇ ਬੰਦੇ ਜੀ ਨਾ ਮੋਟਰਸਾਈਕਲ ਜਾਣਗੇ ਅਸੀਂ ਜੀ ਨਾ ਚੱਲੇ ਹਾਂ ਟਾਈਮ ਨਾਲ ਪਹੁੰਚਣਾ ਭਾਅ ਜੀ ਪੈਸੇ ਜੇ ਨਾ ਲੈਣ ਦੇ ਨਹੀਂ ਜਾਣੇ ਵੇਖੋ ਮਗਰ ਆਉਂਦੇ ਦੌੜਾ ਲੱਗ ਗਿਆ
ਇੱਕ ਐਸਾ ਟਾਈਮ ਹੀ ਜਦੋਂ ਅਸੀਂ ਵੀ ਅੱਜ ਪੈਸੇ ਫੜਨੇ ਆ ਸਾਨੂੰ ਵੀ ਦਰਵਾਉਂਦੇ ਹਨ। ਵਾਹ ਜੀ ਵਾਹ, ਮਠਿਆਈ ਵਾਲੀ ਟੋਕਰੀ, ਮਾਲਟੇ ਵਾਲੀ ਟੋਕਰੀ, ਮਾਲਟਾ 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 ਟੋਕਰੀਆਂ ਲੈ ਕੇ ਜਾਵਾਂਗੇ ਤੇ ਆਪਣੀ ਐਂਟਰੀ ਵਹਾਵਾਂਗੇ। ਆਇਓ ਜੀ ਟੋਕਰੀਆਂ ਮਠਿਆਈਆਂ ਵਾਲੀਆਂ ਰੱਖ ਦਿੱਤੀਆਂ ਜੇ ਕਾਏ ਡੱਬੇ ਚ। ਵਾਲੇਕੁਮ ਸਲਾਮ, ਯੇ ਜ਼ੁਲਫੇ ਯੇ ਜ਼ੁਲਫੇ, ਕਾਜਲ ਨੀ ਪਾਇਆ। ਇਹ ਜੀ ਮੇਰਾ ਨੰਨਾ ਮੁੰਨਾ ਫੈਨ, ਉਹ ਜੀ ਸਾਹਮਣੇ ਬਾਈ ਮੁਬਸ਼ਰ ਹੋਣਾ ਦਾ, ਬਾਈ ਜ਼ੈਨ ਹੋਣਾ ਦਾ, ਬਾਈ ਮੁਦੱਸਰ ਹੋਣਾ ਦਾ ਘਾੜ। ਵਾਹ ਵਾਹ, ਉੱਥੇ ਜਮੈ ਅਸੀਂ ਵੀ ਜੇ ਨਾ ਪਹੁੰਚ ਗਏ ਅੱਲਾ ਦੇ ਕਰਮ ਫਜ਼ਲ ਨਾਲ। ਆਇਓ ਫਿਰ ਤੁਹਾਨੂੰ ਮੋਲ
ਚਾਨੀ 8 10 ਚੰਨ ਲੱਗ ਗਏ ਨਹੀਂ ਆ ਚਾਨੀ ਨੇ ਨਾ ਸਾਰਾ ਮੈਂ ਜਹਾਜ਼ ਜੀ ਜਿਹੜਾ ਭਾਈ ਪਹੁੰਚ ਗਿਆ ਜੀ ਅਸੀਂ ਜਾਂ ਜੀ ਸਭ ਤੋਂ ਪਹਿਲਾਂ ਨੰਨੇ ਮੁੰਨੇ ਸਬਸਕ੍ਰਾਈਬਰ ਮਿਲੇ ਜੇ ਸਦਰ ਕੀ ਗੱਲ ਦਸ ਦਸ ਖਲੋਤੇ ਭੁੱਖ ਲੱਗ ਗਈ ਇਹਨੂੰ ਨਹੀਂ ਪਤਾ ਮਸਲਾ ਸਾਰਾ ਰੋਟੀ ਰੋਟੀ ਦਾ ਤੂੰ ਗਾਣਾ ਗਾਣਾ ਮਸਲਾ ਸਾਰਾ ਰੋਟੀ ਦਾ ਮਸਲਾ ਸਾਰਾ ਰੋਟੀ ਦਾ ਸਵਾਲ ਇੱਕ ਬੋਟੀ ਦਾ ਭਾਜੀ ਰੋਟੀ ਕੱਲੀ ਦਾ ਨਹੀਂ ਮਸਲਾ ਨਾਲ ਸਾਲ ਲੈਂਦਾ ਵੀ ਜੇ ਅੱਛਾ ਤੇ ਦੂਜੇ ਹੀ ਸਾਲਣ ਵੀ ਨਹੀਂ ਲੱਭਣਾ ਪਹਿਲੀ ਵਾਰੀ ਜੀ ਆਹ ਪੂਰਾ ਹੋ ਜਾਣਾ ਹਸਣ ਵਾਲੀ ਗੱਲ ਨਹੀਂ ਥੋੜਾ ਜਿਹਾ ਸਹੀ ਹੋ ਜੀ ਜੇ ਦੂਜੀ ਵਾਰੀ ਸਾਲਣ ਪਾਇਆ ਤੈਨੂੰ ਡੋਈਆਂ ਪੈਣ ਸਟੇਜ 'ਚ ਜੇ ਨਾ ਅਸੀਂ ਪਹੁੰਚ ਗਏ ਪਰ ਸਾਡੇ ਤੋਂ ਲਾਜ ਹੀ ਹੋਈ ਨਹੀਂ ਅਸੀਂ ਪਹੁੰਚੇ ਪਤਾ ਨਹੀਂ ਕਿੱਥੇ ਰਹਿ ਗਏ ਨੇ ਟੈਪ ਠੋਕ ਕੇ ਕੋਈ ਨਹੀਂ ਨਾ ਮੈਨੂੰ ਮਿਲੇ ਵੀਡੀਓ 'ਚ ਨਾ ਮਿਲੇ ਵੀਡੀਓ 'ਚ ਮਿਲਣਾ ਨਾ ਅਤੇ ਐਨਕਾਂ ਕੀ ਅੱਖਾਂ ਖਰਾਬ ਹੋ ਗਈਆਂ ਅੱਖਾਂ ਖਰਾਬ ਹੋ ਗਈਆਂ ਨਜ਼ਰ ਵਾਲੀ ਐਨਕ ਲਾਈ ਚਲੋ ਜੀ ਅੱਲਾ ਖੈਰ ਕਰੇ ਰੋਸ਼ਨੀ ਨਾ ਕਰੀ ਚਲੋ ਅੱਲਾ ਤੁਹਾਨੂੰ ਰੋਸ਼ਨੀ ਦੇ ਹਾਂਜੀ ਕੋਈ ਸਵਾਲ ਹੈ ਤਾਂ ਪੁੱਛੋ ਹਮਜ਼ਾ ਕਾ ਲੱਗ ਸਕਤਾ ਹੈ ਇਧਰ ਔਰ ਕਾਫੀ ਸਾਰੇ ਨਹੀਂ ਹਮਜ਼ਾ ਨੂੰ ਤੁਸੀਂ ਮਾਯੂਸ ਹੋਵੋਗੇ ਸਕਲੈਨ ਨੂੰ ਢੂੰਡੋ ਸਕਲੈਨ ਨੂੰ ਢੂੰਡੋ ਦੂਸਰੀ ਸ਼ਾਦੀ ਮੈਂ ਵੀ ਕਰ ਸਕਤਾ ਯੇ ਦੇਖੇ ਯੇ ਜਹਾਂ ਜਹਾਂ ਪੇ ਸੀਨ ਹੈ ਯੇ ਕੱਟ ਕਰ ਦੇਣਾ ਹੈ ਇਸਕੀ ਸਜ਼ਾ ਵੀ ਹੋ ਸਕਤੀ ਹੈ ਖਾਣਾ ਨਹੀਂ ਮਿਲੇਗਾ ਮੁਬਾਰਕ ਭਾਈ ਕੋ ਕੋਈ ਪਾਣੀ ਦੋ ਦਿਨ ਭੁੱਖਾ ਰਹਿ ਜਾਏ ਰਿਐਕਸ਼ਨ ਦੇਖਣਾ ਚਾਹ ਰਹੇ ਨੇ ਮੁਬਾਰਕ ਭਾਈ ਜਾਨ ਉਹਨਾਂ ਦਾ ਆਪਣਾ ਖਾਣੇ ਦਾ ਉਹ ਆਪੇ ਖਾਣਾ ਬਣਾ ਲੈਣਗੇ ਜ਼ਿਆਦਾ ਲੱਗੇ ਡਿਲੀਵਰੀ ਬਦਾਮ ਬਦੂਮ ਪਾ ਲੈ ਬਦਾਮ ਬਦੂਮ ਪਾ ਲੈ ਪਿਛਲੇ ਵਿਆਹ ਦੇ ਜੱਟ ਨੇ ਖਾਧੀ ਧੌਣ ਪੱਟ ਜੱਟ ਖਾਏਗਾ ਪੱਟ ਗਰਮਾ ਗਰਮ ਚਾਏ ਮੂੰਹ ਸਰ ਗਿਆ ਆਏ ਹਾਏ ਆਏ ਹਾਏ ਯਮ 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 ਸ਼ਾਦੀ ਅਟੈਂਡ ਕਰਕੇ ਜੇ ਨਾ ਘਰ ਆ ਗਏ ਹਾਂ ਸ਼ਾਦੀ ਤੇ ਚੱਸ ਆ ਗਈ ਮਜ਼ਾ ਆਇਆ ਕਿ ਨਹੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਫਿਲਹਾਲ ਫਿਰ ਜੇ ਨਾ ਰੈਸਟ ਕਰੀਏ ਜ਼ੁਕਾਮ ਬੜਾ ਲੱਗਾ ਏ ਦਿਮਾਗ ਹੀ ਲਿਆ ਪਿਆ ਇਹ ਹਿੱਲ ਕੇ ਅਤੇ ਇਨਸ਼ਾਅੱਲਾ ਮਿਲਾਂਗੇ ਸੁਬਹ ਨੈਕਸਟ ਵਲੌਗ ਜੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਨੂੰ ਦੋ ਇਜਾਜ਼ਤ ਫਕੀਰ ਨਾ ਇਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਅੱਲਾ ਹਾਫਿਜ਼ ਬਾਏ ਬਾਏ ਟਾਏ ਟਾਏ